ਜ਼ਿਲ੍ਹਾ ਫਰੀਦਕੋਟ ਦੇ ਕਿਸਾਨਾਂ ਦੀਆਂ ਅੱਖਾਂ 'ਚ ਇਸ ਵਕਤ ਹੰਝੂਆਂ ਦਾ ਪਾਣੀ ਨਜ਼ਰ ਆ ਰਿਹਾ ਤੇ ਇਹ ਪਾਣੀ ਕਿਸੇ ਹੋਰ ਨੇ ਨਹੀਂ ਬਲਕੇ ਬਰਸਾਤ ਦੇ ਪਾਣੀ ਅਤੇ ਪ੍ਰਸ਼ਾਸਨ ਦੀਆਂ ਨਲਾਇਕੀਆਂ ਨੇ ਕਢਵਾਇਆ ਜੀ ਹਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡਾਂ ਦੀ 27000 ਏਕੜ ਦੇ ਕਰੀਬ ਖੜੀ ਫਸਲ ਬਰਸਾਤ ਦੇ ਪਾਣੀ 'ਚ ਡੁੱਬ ਚੁੱਕੀ ਆ ਜਿਸ ਦੀ ਲਪੇਟ 'ਚ ਝੋਨੇ ਦੀ ਫਸਲ ਦੇ ਨਾਲ-ਨਾਲ ਪਸ਼ੂਆਂ ਦਾ ਚਾਰਾ ਵੀ ਆ ਚੁੱਕਿਆ ਪਰ ਕਿਸਾਨ ਪ੍ਰਸ਼ਾਸਨ ਦੀਆਂ ਅਣਗੈਲੀਆਂ ਨੂੰ ਸਾਹਮਣੇ ਰੱਖਦੇ ਹੋਏ ਖੁਦ ਡੁੱਬੀ ਫਸਲ ਨੂੰ ਬਚਾਉਣ ਲਈ ਖੇਤਾਂ 'ਚੋਂ ਪਾਣੀ ਕੱਢ ਰਹੇ ਨੇ ਸਾਡੇ ਜੀ ਘੱਟੋ-ਘੱਟ 10-15 ਪਿੰਡ ਜੇ ਜਿਹੜੇ ਇਹ ਪਾਣੀ ਦੇ ਵਿੱਚ ਡੁੱਬਦੇ ਆ ਹਰ ਸਾਲ ਸਮੱਸਿਆ ਆਉਦੀ ਆ ਇਹ ਸਾਡੇ ਘੱਟੋ ਘੱਟ 1500 ਕਿੱਲਾ ਜ਼ਮੀਨ ਜਿਹੜੀ ਪਾਣੀ ਦੇ ਵਿੱਚ ਇਸ ਟਾਈਮ ਝੋਨਾ ਬਿਲਕੁਲ ਡੁੱਬਿਆ ਪਿਆ ਪੱਠੇ ਵੀ ਬਿਲਕੁਲ ਡੁੱਬੇ ਪਏ ਆ ਜ਼ਿਮੀਂਦਾਰਾਂ ਦਾ ਬੁਰਾ ਹਾਲ ਆ ਪਾਣੀ ਲੰਘਦਾ ਨਹੀਂ ਪੁਲੀਆਂ ਸਾਡੇ ਲੱਗੀਆਂ ਇਹਨਾਂ ਦੇ ਪੁਲ ਬਣਨੇ ਚਾਹੀਦੇ ਜ਼ਰੂਰੀ ਦੋ ਆ ਛੜਕ ਦੇ ਉੱਪਰ ਜੋ ਪੁਲੀਆਂ ਇਹ ਇੱਥੇ ਪੁਲ ਬਣ ਜਾਂ ਕੋਈ ਨਾ ਕੋਈ ਸਾਡਾ ਮਸਲਾ ਹੱਲ ਹੋ ਜੇ ਤੇ ਇੱਕ ਬੇਨਤੀ ਆ ਸਰਕਾਰ ਨੂੰ ਵੀ ਸਾਡੇ ਇਹ ਮਾਵਜਾ ਤੇ ਗਰਦੌਰੀ ਨਾਲ ਦੀ ਨਾਲ ਹੋਵੇ ਤੇ ਲੋਕਾਂ ਨੂੰ ਇਨਾਂ ਦਾ ਪੈਸਾ ਦਿੱਤਾ ਜਾਵੇ ਇਸ ਮੌਕੇ ਫਰੀਦਕੋਟ ਜ਼ਿਲ੍ਹੇ ਦੇ ਗੋਲੇਵਾਲ ਇਲਾਕੇ ਦੇ ਪਿੰਡ ਖੋਨੀਵਾਲਾ ਦੇ ਕਿਸਾਨ ਗੁਰਪ੍ਰੀਤ ਨੇ ਕਿਹਾ ਕਿ ਉਹਨਾਂ ਦੇ ਪਿੰਡਾਂ 'ਚ ਹਰ ਸਾਲ ਮੀਂਹ ਦੇ ਪਾਣੀ ਨਾਲ ਘੱਟੋ-ਘੱਟ 1000 ਏਕੜ ਦੇ ਜ਼ਿਮੀਂਦਾਰ ਨੁਕਸਾਨ ਹੋ ਜਾਂਦਾ ਨਾ ਤਾਂ ਜ਼ਿਮੀਂਦਾਰਾਂ ਨੂੰ ਮੁਆਵਜ਼ਾ ਮਿਲਦਾ ਤੇ ਜੇ ਮਿਲਦਾ ਵੀ ਆ ਤਾਂ ਨਾ ਮਾਤਰ ਮਿਲਦਾ ਉਹਨਾਂ ਨੇ ਕਿਹਾ ਕਿ ਸਾਡੇ ਇਲਾਕੇ 'ਚ ਪ੍ਰਸ਼ਾਸਨ ਦਾ ਕੋਈ ਵੀ ਧਿਆਨ ਨਹੀਂ ਇਸ ਸਮੇਂ ਉਹਨਾਂ ਨੇ ਪੰਜਾਬ ਸਰਕਾਰ ਨੂੰ ਖੂਬ ਲੰਤਾਂ ਪਾਈਆਂ ਇਹ ਸਮੱਸਿਆ ਇਹ ਹੈ ਜੀ ਜ਼ਿਲ੍ਹਾ ਫਰੀਦਕੋਟ ਦੇ ਗੋਲੇ ਵਾਲਾ ਸਰਕਲ ਦੇ ਪਿੰਡ ਤੁਸੀਂ ਦੇਖ ਲਏ 10-15 ਪਿੰਡ ਜਿਹੜੇ ਮੀਂਹ ਦੇ ਪਾ ਇਹ ਹਰ ਸਾਲ ਇਸ ਤਰ੍ਹਾਂ ਹੁੰਦਾ ਜਦੋਂ ਪਿੱਛੋਂ ਭੰਗਰ ਸ਼ਕੂਰ ਤੋਂ ਲੈ ਕੇ ਸਾਰਾ ਪਾਣੀ ਇਸ ਡੱਲੇ ਵਾਲਾ ਕੋਣੀ ਵਾਲਾ ਝਾੜੀ ਵਾਲੇ ਦੇ ਰਕਪੇ ਦੇ ਵਿੱਚ ਆ ਕੇ ਇੱਥੇ ਤੁਸੀਂ ਦੇਖ ਰਹੇ ਹੋ ਕਿੰਨੇ ਏਕੜ ਜ਼ਮੀਨ ਹੈ ਜਿਹੜੀ ਝੋਨਾ ਪੱਠੇ ਤੇ ਬਾਸਪਤੀ ਤਾਂ ਖਤਮ ਹੀ ਹੋ ਗਈ ਇਹ ਇਹਦਾ ਵੱਡਾ ਮੇਨ ਕਾਰਨ ਨਹੀਂ ਹੈ ਵੀ ਇੱਕ ਤਾਂ ਜਿਹੜੀ ਸੇਮ ਨਾਲੇ ਦੀ ਸਫਾਈ ਨਹੀਂ ਸਹੀ ਹੋਈ ਦੂਸਰਾ ਜਿਹੜੇ ਆ ਦੋ ਤਿੰਨ ਪੌਲ ਤੁਸੀਂ ਦੇਖ ਰਹੇ ਆ ਆਰਜੀ ਪੌਲ ਬਣਾਏ ਗਏ ਆ ਇਹ ਪੌਲਾਂ ਨੂੰ ਬਹੁਤ ਵੱਡੀ ਠੱਲ ਪਾਉਂਦੇ ਆ ਇਹ ਪਾਣੀ ਨੂੰ ਅੱਗੇ ਜਾਣ ਤੋਂ ਇਹ ਪੌਲ ਬਣਾਏ ਜਾਣ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਹੈ ਦੂਸਰਾ ਇਹ ਵੀ ਜਿਹੜੇ ਕਿਸਾਨਾਂ ਦਾ ਹਰ ਸਾਲ ਨੁਕਸਾਨ ਹੁੰਦਾ ਹੈ ਇਹਦੇ ਵੱਲ ਪੰਜਾਬ ਸਰਕਾਰ ਨੂੰ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਵੀ ਇਹ ਪਿੰਡ ਹਰ ਵੇਰੀ ਪ੍ਰਭਾਵਿਤ ਹੋ ਜਾਂਦੇ ਆ ਪਾਣੀ ਤੋਂ ਤੇ ਹੁਣ ਮੌਕੇ ਤੇ ਜਿੰਨੀ ਫਸਲ ਦਾ ਨੁਕਸਾਨ ਹੋਇਆ ਜਿੰਨੇ ਏਕੜ ਤੁਸੀਂ ਦੇਖ ਰਹੇ ਹੋ ਦੂਰ ਤੱਕ ਪਾਣੀ ਪਾਣੀ ਦੀਂਦਾ ਹੈ ਸਾਹਮਣੇ ਉਹ ਕੋਹਨੇ ਵਾਲੇ ਪਿੰਡ ਦੇ ਬੋੜ ਸਿੰਘ ਦਾ ਮਕਾਨ ਦੀ ਕੰਧ ਵੀ ਡਿੱਗ ਪਈ ਹੈ ਇਹਦਾ ਪ੍ਰਸ਼ਾਸਨ ਫਰੀਦਕੋਟ ਨੂੰ ਤੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਵੀ ਇਸ ਵੱਲ ਧਿਆਨ ਦੇ ਕੇ ਲੋਕਾਂ ਦੀ ਤੁਰੰਤ ਗਰਦੌਰੀ ਕਰਾ ਕੇ ਲੋਕਾਂ ਨੂੰ ਮੁਆਵਜ਼ਾ ਦਵਾਇਆ ਜਾਵੇ ਤਾਂ ਕਿ ਜਿਹੜਾ ਕਿਸਾਨ ਹੈ ਉਹਨਾਂ ਦੇ ਹੋਏ ਨੁਕਸਾਨ ਦਾ ਉਹਨਾਂ ਨੂੰ ਕੁਝ ਨਾ ਕੁਝ ਮਿਲ ਸਕੇ ਇਸ ਮਾਮਲੇ ਬਾਰੇ ਜਦੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਫਰੀਦਕੋਟ ਜ਼ਿਲ੍ਹੇ ਦੇ ਕਰੀਬ 27000 ਏਕੜ ਫਸਲ ਪਾਣੀ ਦੀ ਮਾਰ ਹੇਠ ਆਈ ਆ ਉਹਨਾਂ ਵੱਲੋਂ ਲਗਾਤਾਰ ਟੀਮਾਂ ਬਣਾ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਹਰ ਮਦਦ ਪ੍ਰਸ਼ਾਸਨ ਵੱਲੋਂ ਦਿੱਤੀ ਜਾਵੇਗੀ ਦੇਖਿਓ ਅਭੀ ਨੁਕਸਾਨ ਕੇ ਬਾਰੇ ਮੇ ਕੋਈ ਐਸਟੀਮੇਟ ਨਹੀਂ ਲਗਾਇਆ ਜਾ ਸਕਤਾ ਹੈ लेकिन 27945 एकड़ का जो रकबा है वो वाटर लॉक्ड है और मैं कल भी फील्ड में गया था जो ज़्यादा अफेक्टेड एरियाज़ थे वो वहाँ पे मैं गया था बाकी एसडीएम्स को मैंने रेस्पेक्टिव एसडीएम्स को भेजा था अपने अपने एरिया में देखने के लिए कल जो वाटर लेवल था वो आज रिसीड हुआ है कई जगहों पे और हमने एक दो जगहों पे ऐसी स्थिति थी कि पानी आउट नहीं हो सकता था तो वहाँ पर हम आ, उसका ग्रेडियंट उस वैसा नहीं था तो उसको पंप आउट करके निकालने के लिए हमने वहाँ पे डीजल वगैरह वो उन्होंने मशीन अपनी लगा ली थी उन्होंने हमसे ये रिक्वेस्ट किया था कि आप हमको डीज़ल दे दीजिए तो वी आर प्रोवाइडिंग डीज़ल फॉर द फार्मर्स की वो जो वाटर लॉकड एरिया के क्रॉप है वो निकल जाए बहुत सारा रेजिडेंशियल एरिया भी जैतो के साइड में जो अफेक्टेड था जहाँ पर पानी आ गया है वो भी ड्रेन आउट हो रहा है धीरे धीरे उम्मीद यह है कि सात दिन के अंदर में पानी पूरी पूरी तरीके से ड्रेन आउट हो जाएगा नहीं नहीं देखिए ड्रेन्स की सफाई नीड बेस पे जितनी जो जितनी करवाई जानी थी उतनी करवा दी गई है फरीदकोट में देखिए जो भी बरसाती ड्रेन होती है उसकी एक कैपेसिटी होती है जब ड्रेन फुल फ्लो पे आ जाती है तो वो सेवन डेज़ के अंदर में वो पानी का पानी निकाल देगी मुझे अभी तक कोई भी ऐसी ड्रेन नहीं मिली है एक आध जगह छोड़ करके जो ड्रेन एकदम ओवरफ्लो कर गई हो ठीक है ज़्यादातर ड्रेन्स चल रही हैं ठीक है और उनकी कैपेसिटी पे चल रही हैं हाँ ये चीज़ अलग है कि कुछ ड्रेन्स में सफाई नहीं हुई है तो हमने उस डिपार्टमेंट को ऑर्डर कर दिया है वो क्लीनिंग साथ के साथ कर रहे हैं जहाँ यहाँ पर क्लिनिंग की रिक्वायरमेंट है चकदे टीवी नाल जुड़े रहने लिये साडा चैनल सब्सक्राइब करो ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ